X80 Ampere BMW ਦਾ ਤੇ ਮੰਨੂ ਪਾਜੀ ਇਹ ਅਲਟਰਨੇਟਰ BMW ਕਿਹੜੀ ਗੱਡੀ ਦਾ ਆ ਇਹ ਵੀ ਦੱਸ 730 ਦਾ ਭਾਜੀ 730 ਦਾ ਹਨਾ ਠੀਕ ਆ ਅਸੀਂ ਕਿਹਾ ਸੀ ਦੋ ਰਖਾਈਆਂ ਇੱਕ ਇੱਕ 130 ਦੀ ਸੀਗੀ 100 ਦੀ ਸੀ 100 ਦੀ ਫਿਰ ਵੀ ਪ੍ਰੋਬਲਮ ਆਉਂਦੀ ਰਹੀ ਪ੍ਰੋਬਲਮ ਆਉਂਦੀ ਸੀ ਭਾਜੀ ਆ ਗਰਮ ਹੋ ਜਾਂਦਾ ਟ੍ਰੈਕਟਰ ਤੇ ਉਹਦੇ ਵਿੱਚ ਇਹ ਪ੍ਰੋਬਲਮ ਆ ਜਾਂਦੀ ਆ ਜਿਹੜੇ ਅਲਟਰਨੇਟਰ ਇਹ ਇਸ ਟਾਈਮ ਆਏ ਹੋਏ ਆ ਤੇ 150 ਐਂਪੀਅਰ 180 ਐਂਪੀਅਰ ਤੋਂ ਭਾਜੀ ਪਹਿਲਾਂ ਲੱਗਾ ਸੀ ਹਨਾ ਇਹ ਭਾਜੀ ਇਹ 135 ਦਾ ਸੀਗਾ ਪਰ ਜਦੋਂ ਮੰਨੂ ਭਾਜੀ ਉਹਨੇ ਚੈੱਕ ਕੀਤਾ ਤੇ ਉਹ ਕਹਿੰਦੇ 120 ਜਾਂ 15 ਦੇ ਵਿੱਚ ਗੇਟ ਦੇ ਵਿੱਚ ਸੀਗਾ ਇਹ ਠੀਕ ਹੈ ਪਰ ਇਹਦੀ ਵੀ ਜਦੋਂ ਉਹਨਾਂ ਨੇ ਖੋਲ ਕੇ ਚੈੱਕ ਕੀਤਾ ਤੇ ਇਹਦੀ ਰਿਪੇਅਰ ਹੋਈ ਸੀਗੀ ਰਿਪੇਅਰ ਹੋਈ ਆਨ ਡਿਮਾਂਡ ਸਾਰੇ ਜਿੰਨੇ ਵੀ ਮਤਲਬ ਆਏ ਤੇ ਨਾਲ ਦੀ ਨਾਲ ਹੀ ਬੁੱਕ ਹੋ ਗਿਆ 10 ਪੀਸ ਆਏ ਸੀਗੇ ਭਾਜੀ 10 ਦੇ 10 ਬੁੱਕ ਹੋ ਗਏ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੇਰੇ ਜਿੰਨੇ ਵੀਰ ਭਰਾ ਮੇਰੀਆਂ ਵੀਡੀਓ ਨੂੰ ਪਿਆਰ ਦਿੰਦੇ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਆਪਾਂ ਨਵੇਂ ਅਪਡੇਟ ਦਾ ਡੇ ਲੈ ਕੇ ਆਉਂਦੇ ਰਵਾਂਗੇ ਤੇ ਥੰਬਨੇਲ ਤੋਂ ਪਤਾ ਲੱਗ ਹੀ ਗਿਆ ਹੋਣਾ ਕਿ ਅੱਜ ਆਪਾਂ ਬਹੁਤ ਸਪੈਸ਼ਲ ਵੀਡੀਓ ਤੁਹਾਡੇ ਸਭ ਲਈ ਲੈ ਕੇ ਆਏ ਆ ਪਹਿਲਾਂ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਅਲਟਰਨੇਟਰ ਵਾਲੀ ਵੀਡੀਓ ਨੂੰ ਤੇ ਅੱਜ ਦੀ ਜਿਹੜੀ ਵੀਡੀਓ ਆ ਬਹੁਤ ਜ਼ਿਆਦਾ ਸਪੈਸ਼ਲ ਆ ਤੇ ਖਾਸ ਕਰਕੇ ਉਹ ਭਰਾਵਾਂ ਦੇ ਲਈ ਆ ਜਿਹੜੇ ਹੈਵੀ ਸਾਊਂਡ ਸਿਸਟਮ ਯੂਜ਼ ਕਰਦੇ ਬਹੁਤ ਹੀ ਜ਼ਿਆਦਾ ਹੈਵੀ ਸਾਊਂਡ ਸਿਸਟਮ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ 150 ਐਂਪੀਅਰ ਦੇ 180 ਐਂਪੀਅਰ ਦੇ ਅਲਟਰਨੇਟਰ ਵਗੈਰਾ ਸਾਰੀ ਡਿਟੇਲ ਦਿਖਾਵਾਂਗੇ ਤੇ ਨਾਲ ਦੀ ਨਾਲ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਪੂਰੀ ਫਿਟਿੰਗ ਪ੍ਰੋਪਰ ਕਿਦਾਂ ਹੁੰਦੀ ਆ ਕਿਵੇਂ ਅਲਟਰਨੇਟਰ ਪੂਰਾ ਚੈੱਕ ਕਰਾ ਕੇ ਦਿਖਾਵਾਂਗੇ ਵੀ ਕਿੰਨੇ ਐਂਪੀਅਰ ਜਿਹੜਾ ਕੱਢਦਾ ਪਿਆ ਆ ਤੇ ਨਾਲ ਦੀ ਨਾਲ ਜਿਹੜਾ ਇਹ ਟ੍ਰੇਟਰ ਆਇਆ ਹੋਇਆ ਭਰਾ ਦੇ ਨਾਲ ਵੀ ਗੱਲਬਾਤ ਕਰਾਂਗੇ ਇਹਨਾਂ ਨੂੰ ਕਾਫੀ ਪ੍ਰੋਬਲਮ ਜਿਹੜੀ ਸਿਸਟਮ ਚਲਾਉਣ ਚ ਆਉਂਦੀ ਸੀ ਤੇ ਸਟਾਰਟਿੰਗ ਵਗੈਰਾ ਦੀ ਵੀ ਕਾਫੀ ਪ੍ਰੋਬਲਮ ਸੀਗੀ ਤੇ ਮੰਨੂ ਭਾਈ ਆਪਣੇ ਨਾਲ ਆ ਤੇ ਨਾਲ ਦੀ ਨਾਲ ਆਪਾਂ ਇੱਕ ਹੋਰ ਚੀਜ਼ ਬਾਪੂ ਜੀ ਦੇ ਨਾਲ ਵੀ ਮਿਲਾਵਾਂਗੇ ਅੱਜ ਤੇ ਕਾਫੀ ਭਾਜੀ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਆਪਣੀ ਸ਼ਾਪ ਤੇ ਆਪਣਾ ਮੰਨੂ ਭਾਜੀ ਨਾਮ ਹੈ ਆਪਣੇ ਕਾਫੀ ਜਿਹੜੇ ਭਰਾਵਾਂ ਨੂੰ ਕਨਫਿਊਜ਼ਨ ਰਹਿੰਦੀ ਆ ਕਿ ਮੁਖਤਿਆਰ ਸਿੰਘ ਤੁਹਾਡਾ ਨਾਮ ਹੈ ਹਨਾ ਸੋ ਆਪਾਂ ਬਾਪੂ ਜੀ ਦੇ ਨਾਲ ਵੀ ਮਿਲਾਵਾਂਗੇ ਤੇ ਮੰਨੂ ਭਾਜੀ ਆਪਣਾ ਇੱਕ ਵਾਰੀ ਪੂਰਾ ਨਾਮ ਦੱਸ ਦਿਓ ਭਾਜੀ ਮੇਰਾ ਨਾਮ ਮਨੂ ਉਹਦਾ ਸਾਰੇ ਮਨੂ ਦਾ ਨਾਮ ਤਾਂ ਜਾਣਦੇ ਉਹਦਾ ਮੇਰਾ ਪੱਕਾ ਨਾਮ ਮਨਵੀਰ ਸਿੰਘ ਆ ਠੀਕ ਆ ਇਹਦਾ ਸਾਰੇ ਲੋਕ ਜਿਹਦਾ ਛੋਟਾ ਨਾਮ ਮਨੂ ਕਰਕੇ ਸਾਰੇ ਇਸ਼ੂ ਦੇ ਸੋਚਦੇ ਆ ਵੀ ਕਰੇ ਇਹਦਾ ਨਾਮ ਮੁਖਤਿਆਰ ਸਿੰਘ ਆ ਉਹਦਾ ਫਾਦਰ ਉਹਨਾਂ ਦੇ ਨਾਮ ਤੇ ਸ਼ਾਪ ਹੈ ਇਹ ਠੀਕ ਆ ਤੇ ਕਿੰਨੀ ਪੁਰਾਣੀ ਹੈ ਸ਼ਾਪ ਜਿਹਦਾ 1976 ਤੋਂ ਆ ਭਾਜੀ ਠੀਕ ਆ ਹਾਂਜੀ ਕੋਟੜੇ ਦੀ ਪਹਿਲੀ ਦੁਕਾਨ ਇਹੀ ਪਹਿਲੀ ਦੁਕਾਨ ਇਹ ਹਾਂਜੀ ਠੀਕ ਆ ਤੇ ਬਾਕੀ ਹੁਣ ਬਾਪੂ ਜੀ ਦੇ ਨਾਲ ਵੀ ਮਿਲਾਉਂਦੇ ਆ ਤੇ ਉਹ ਰਿਪੇਅਰ ਕਰਦੇ ਪਏ ਆ ਜਿਹੜੇ ਨਵੇਂ ਅਲਟਰਨੇਟਰ ਆਪਣੇ ਆਏ ਹੋਏ ਹਾਂਜੀ ਜਿਹੜੇ ਨਵੇਂ ਸਪੈਸ਼ਲ ਜਿਹੜੇ ਮੰਗਵਾਏ ਹੋਏ ਆ ਬਿਲਕੁਲ ਭਾਜੀ ਉਹਨਾਂ ਦੀ ਰਿਪੇਅਰ ਨਹੀਂ ਹੁੰਦੀ ਉਹ ਜਿਵੇਂ ਆਪਾਂ ਕਹਿ ਦਈਏ ਇੱਕ ਵਾਰੀ ਚੈੱਕ ਕਰ ਲੈਣਾ ਜਾਂ ਮਤਲਬ ਰੰਗ ਗ੍ਰੀਸ ਕਰਨੀ ਬਸ ਆਪਾਂ ਆਪਣੀ ਤਸੱਲੀ ਕਰਨੀ ਆ ਤਸੱਲੀ ਕਰਨੀ ਇੱਕ ਵਾਰੀ ਖੋਲ ਕੇ ਤੇ ਬਾਪੂ ਜੀ ਦੇ ਨਾਲ ਵੀ ਮਿਲਾਉਂਦੇ ਆ ਤੇ ਪੂਰੀ ਗੱਲਬਾਤ ਕਰਦੇ ਆ ਤੇ ਨਾਲ ਦੀ ਨਾਲ ਜਿਹੜੀ ਇਹਦੀ ਭਾਜੀ ਆਪਾਂ ਪ੍ਰੋਪਰ ਫਿਟਿੰਗ ਅੱਜ ਦਿਖਾਉਣੀ ਹਾਂ ਹਾਂਜੀ 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 ਕਿ ਟਾਈਮ ਲੈਸ ਆਪਾਂ ਵੈਚ ਐਡ ਕਰਾਂਗੇ ਤੇ ਤੁਸੀਂ ਪ੍ਰੋਪਰ ਇਹਦੀ ਫਿਟਿੰਗ ਦੇਖ ਸਕਦੇ ਆ ਤੇ ਨਾਲ ਦੀ ਨਾਲ ਮਸ਼ੀਨ ਦੇ ਨਾਲ ਬੱਚੇ ਚੈੱਕ ਵੀ ਕਰਾਂਗੇ ਵੀ ਕਿੰਨੇ ਐਂਪੀਅਰ ਕੱਢਦਾ ਪਿਆ ਠੀਕ ਹੈ ਭਾਜੀ ਤੇ ਬਾਕੀ ਆਪਾਂ ਬਾਪੂ ਜੀ ਦੇ ਨਾਲ ਕਰਦੇ ਆ ਗੱਲਬਾਤ ਤੇ ਪੂਰਾ ਤੁਹਾਨੂੰ ਦਿਖਾਉਂਦੇ ਆ ਜਿਹੜੇ ਇਸ ਟਾਈਮ ਜਿਹੜੇ ਅਲਟਰਨੇਟਰ ਸਫਾਈ ਚੱਲਦੀ ਪਈ ਆ ਤੇ ਨਾਲ ਦੀ ਨਾਲ ਇਧਰ ਜਿੱਦਾਂ ਕਾਫੀ ਕਾਰ ਜਿਹੜੇ ਆਪਣੇ ਭਰਾ ਜਿਹੜੇ ਹੈਗੇ ਗੱਡੀਆਂ ਨੂੰ ਲਾਈਟਾਂ ਵਗੈਰਾ ਕਰਵਾਉਂਦੇ ਟਾਇਰਾਂ ਦੇ ਵਿੱਚ ਲਾਈਟਾਂ ਉਹ ਵੀ ਕੰਮ ਜਿੰਨਾ ਵੀ ਆ ਉਹ ਸਾਰਾ ਇੱਥੇ ਹੋ ਜਾਂਦਾ ਤੇ ਬਾਕੀ ਬਾਪੂ ਜੀ ਦੇ ਨਾਲ ਮਿਲਾਉਂਦੇ ਆ ਤੇ ਦੇਖ ਸਕਦੇ ਤੁਸੀਂ ਅਲਟਰਨੇਟਰ ਚੱਲਦਾ ਪਿਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਨਾਮ ਦੱਸ ਦੇ ਇੱਕ ਵਾਰੀ ਦਾ ਆਪਣਾ ਮੇਰਾ ਨਾਮ ਮੁਖਤਿਆਰ ਸਿੰਘ ਠੀਕ ਆ ਤੇ ਬਾਪੂ ਜੀ ਦੇ ਨਾਮ ਤੋਂ ਹੀ ਜਿਹੜੀ ਸ਼ਾਪ ਆ ਤੇ ਕੰਟੈਕਟ ਨੰਬਰ ਤੇ ਐਡਰੈਸ ਜਿਹੜਾ ਉਹ ਆਪਾਂ ਤੁਹਾਨੂੰ ਦੱਸ ਚੁੱਕੇ ਆ ਇੱਕ ਵਾਰੀ ਸਕਰੀਨ ਦੇ ਉੱਪਰ ਵੀ ਐਡ ਕਰ ਦਾਂਗੇ ਤੇ ਇੱਧਰ ਅਲਟਰਨੇਟਰ ਦਾ ਤੁਸੀਂ ਦੇਖ ਸਕਦੇ ਕੰਮ ਚੱਲਦਾ ਪਿਆ ਤੇ ਬਹੁਤ ਸਪੈਸ਼ਲ ਅਲਟਰਨੇਟਰ ਆਪਾਂ ਇੱਕ ਵਾਰੀ ਤੁਹਾਨੂੰ ਬੈਕ ਸਾਈਡ ਇਹਨਾਂ ਦੀ ਕਵਰ ਦਿਖਾ ਹੀ ਦਿੰਨੇ ਆ ਤੇ BMW ਦੇ ਜਿਹੜੇ ਅਲਟਰਨੇਟਰ ਇਹ ਇਸ ਟਾਈਮ ਆਏ ਹੋਏ ਆ ਤੇ 150 ਐਂਪੀਅਰ 180 ਐਂਪੀਅਰ ਦੋਨੇ ਤੇ ਕਾਫੀ ਹੈਵੀ ਅਲਟਰਨੇਟਰ ਆ ਤੇ ਬਹੁਤ ਇਦਾਂ ਆ ਹੁੰਦਾ ਯਾਰ ਬਾਪੂ ਜੀ ਇੱਕ ਚੀਜ਼ ਆਪਾਂ ਹੋਰ ਦੱਸਣਾ ਚਾਹੁੰਦੇ ਵੀ ਜਿਹਦਾ ਕਈ ਭਰਾਵਾਂ ਨੇ ਕਹਿਣਾ ਖੋਲਿਆ ਹੋਇਆ ਰਿਪੇਅਰ ਹੋਇਆ ਇਦਾਂ ਦਾ ਨਹੀਂ ਹੁੰਦਾ ਕੋਈ ਚੱਕਰ ਸਿਰ ਆਪਣੀ ਇੱਕ ਤਸੱਲੀ ਹੋ ਜਾਂਦੀ ਆ ਬਿਲਕੁਲ ਵੀ ਆਪਾਂ ਇੱਕ ਵਾਰੀ ਤਸੱਲੀ ਨਾਲ ਇਹਨੂੰ ਪੂਰਾ ਖੋਲ ਕੇ ਚੈੱਕ ਕਰ ਲੈਣਾ ਹਾਂਜੀ ਤੇ ਤੇਲ ਵਗੈਰਾ ਗਰੀਸ ਜਿੰਨੀ ਵੀ ਆ ਜਾਂ ਮਤਲਬ ਇੱਕ ਵਾਰੀ ਦੇਖ ਲੈਣਾ ਬੈਰਿੰਗ ਵਗੈਰਾ ਤਾਂ ਨਹੀਂ ਕੋਈ ਖਰਾਬ ਤੇ ਕਾਫੀ ਅਲਟਰਨੇਟਰ ਇੱਧਰ ਤੁਸੀਂ ਪੈ ਦੇਖ ਸਕਦੇ ਆ ਤੇ ਬਾਕੀ ਆਪਾਂ ਅੱਗੇ ਅੱਜ ਕਰਦੇ ਆ ਵੀਡੀਓ ਸਟਾਰਟ ਤੇ ਬਹੁਤ ਜਿਹੜੀ ਘੈਂਟ ਵੀਡੀਓ ਹੋਣ ਵਾਲੀ ਆ ਤੇ ਬਾਕੀ ਹੁਣ ਆਪਾਂ ਟ੍ਰੇਟਰ ਦੀ ਫਿਟਿੰਗ ਜਿਹੜੀ ਚੈੱਕ ਕਰਵਾਉਂਦੇ ਆ 180 ਐਂਪੀਅਰ ਵਾਲਾ ਅਲਟਰਨੇਟਰ ਜਿਹੜਾ ਉਹਨੂੰ ਫਿੱਟ ਹੋਣ ਜਾ ਰਿਹਾ ਤੇ BMW ਦਾ ਜਿਹੜਾ ਸਪੈਸ਼ਲ ਅਲਟਰਨੇਟਰ ਆ ਉਹਦਾ ਵੀ ਆਪਾਂ ਤੁਹਾਨੂੰ ਦਿਖਾਉਂਦੇ ਆ ਤੇ ਪੂਰਾ ਤਿਆਰ ਕੀਤਾ ਪਿਆ ਆ ਬਾ ਫਿਟਿੰਗ ਆਪਾਂ ਤੁਹਾਨੂੰ ਚੈੱਕ ਕਰਵਾਉਣੀ ਆ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਤੇ ਬਾਕੀ ਮੰਨੂ ਭਾਜੀ ਆਪਾਂ ਕਰੀਏ ਉਹਦੀ ਗੱਲਬਾਤ ਸਟਾਰਟ ਤੇ ਇੱਕ ਵਾਰੀ ਆਪਾਂ ਭਰਾ ਦੇ ਨਾਲ ਵੀ ਮਿਲਾਉਣਾ ਆ ਵੀ ਇਹਦੇ ਵਿੱਚ ਆਪਾਂ ਨੂੰ ਪ੍ਰੋਬਲਮ ਕੀ ਆਉਂਦੀ ਸੀ ਹਨਾ ਤੇ ਬਾਈ ਦੇ ਨਾਲ ਵੀ ਆਪਾਂ ਤੁਹਾਨੂੰ ਮਿਲਾਉਂਦੇ ਆ ਤੇ ਪੂਰੀ ਗੱਲਬਾਤ ਭਾਈ ਦੇ ਨਾਲ ਵੀ ਕਰਦੇ ਆ ਤੇ ਬਾਕੀ ਬਾਈ ਦੇ ਨਾਲ ਮਿਲਾਉਂਦੇ ਆ ਬਾਈ ਲੈ ਕੇ ਆਇਆ ਟ੍ਰੇਟਰ ਇੱਥੇ ਤੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਭਾਈ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਮੇਰਾ ਭਾਈ ਨਾਮ ਉਹਦਾ ਕੁਲਵੀਰ ਆ ਠੀਕ ਹੈ ਤੇ ਪਿੰਡ ਮੇਰਾ ਖੈੜ ਆਦਾ ਠੀਕ ਹੈ ਭਾਈ ਤੇ ਜਿਹੜਾ ਟ੍ਰੈਕਟਰ ਹੈ ਮੇਰੇ ਭਰਾ ਆ ਤੇ ਇੱਕ ਜੱਸਾ ਵੀਰਾ ਵਾ ਬਾਹਰ ਹਾਇਓ ਰਹਿੰਦਾ ਵਾ USA ਠੀਕ ਹੈ ਤੇ ਟ੍ਰੈਕਟਰ ਇਹ ਨਾਲਾਂ ਦਾ ਹੈ ਨੂਰ ਮਹਿਲ ਦੇ ਕੋਲ ਭਾਜੀ ਨੂਰ ਮਹਿਲ ਦੇ ਕੋਲ ਹਾਂਜੀ ਠੀਕ ਹੈ ਤੇ ਇਹਦੇ ਵਿੱਚ ਭਾਜੀ ਪ੍ਰੋਬਲਮ ਕੀ ਆਉਂਦੀ ਸੀਗੀ ਪ੍ਰੋਬਲਮ ਭਾਜੀ ਇਹੀ ਸੀ ਕਿ ਇਹਦੇ ਵਿੱਚ ਅਲਟਰਨੇਟਰ ਦੀ ਪ੍ਰੋਬਲਮ
ਅੰਦਰਲੀਆਂ ਪੱਤੀਆਂ ਸਾਰੀਆਂ ਸੜ ਗਈਆਂ ਸੀਗੀਆਂ ਪਾਜੀ ਠੀਕ ਹੈ ਪਰ ਭਾਜੀ ਹੁਣੀ ਮੈਨੂੰ ਦੱਸਿਆ ਸੀਗਾ ਫਿਰ ਮੈਂ ਭਾਜੀ ਹੁਣਾਂ ਨਾਲ ਗੱਲ ਕੀਤੀ ਫਿਰ ਮੈਨੂੰ ਅਲਟਰਨੇਟਰ ਦੀ ਜ਼ਰੂਰਤ ਆ ਭਾਜੀ ਕਹਿੰਦੇ ਕੋਈ ਨਾ ਟੈਨਸ਼ਨ ਨਾ ਲੈ ਆਪਾਂ ਕੰਮ ਤੇਰ
ਇਹ ਜਿੱਦਾਂ ਤੁਹਾਨੂੰ ਪਹਿਲਾਂ ਆਈਡੀਆ ਹੈਗਾ ਵੀ ਕਿੰਨੇ ਕਿ ਦਾ ਉਦੋਂ ਆਪਾਂ ਨੂੰ ਲੱਗਾ ਸੀਗਾ ਇਹ ਮੈਂ ਆਈ ਥਿੰਕ ਮੇਰੇ ਖਿਆਲ ਨਾਲ 7,000 ਦਾ ਕੁਛ ਇਹਦੇ ਗੇਟ ਦੇ ਵਿੱਚ ਪਿਆ ਸੀ ਸਾਨੂੰ ਠੀਕ ਹੈ ਮਤਲਬ ਪਰ ਵਰਤੋਂ ਵਿੱਚ ਨਹੀਂ ਆਏ ਪੈਸੇ ਲੱਗੇ ਵਰਤੋਂ 'ਚ ਨਹੀਂ ਆਏ ਪੈਸੇ ਹਾਂ ਕਿਉਂਕਿ ਜੇ ਮਤਲਬ ਥੋੜਾ ਟਾਈਮ ਭਾਰੀ ਕੰਮ ਕੀਤਾ ਪਰ ਜੇ ਸਾਡਾ ਸਿਸਟਮ ਲੱਗਾ ਵਾ ਉਸ ਹਿਸਾਬ ਦੇ ਉਹਦੇ ਕਾਬਿਲ ਨਹੀਂ ਸੀਗਾ ਬਸ ਠੀਕ ਹੈ ਭਾਈ ਵੀ ਮਤਲਬ ਇਦਾਂ ਆ ਵੀ ਜੇ ਆਪਾਂ ਨੂੰ ਪੈਸੇ ਲਾ ਵੀ ਲਏ ਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਸਵਾਦ ਨਹੀਂ ਆਇਆ ਚੀਜ਼ ਲਵਾਈ ਦਾ ਫਿਰ ਉਹਦਾ ਆਪਾਂ ਨੂੰ ਪੈਸੇ ਲਾਇਆ ਦਾ ਵੀ ਕੋਈ ਮੁੱਲ ਨਹੀਂ ਮਿਲਦਾ ਹੁਣ ਇਹ ਬਾਹਰ ਭੇਜਣਾ ਸੀ ਟਰੈਕਟਰ ਬਾਹਰ ਭੇਜਣਾ ਆਪਾਂ ਠੀਕ ਹੈ ਹਾਇਓ ਜਾਣਾ ਇਹ ਟਰੈਕਟਰ ਠੀਕ ਹੈ ਤੇ ਫਿਰ ਬਾਹਰ ਜਾ ਕੇ ਪ੍ਰੋਬਲਮ ਆਉਣੀ ਸੀ ਤੇ ਹਾਂਜੀ ਹਾਂਜੀ ਇੱਥੇ ਤਾਂ ਹੁਣ ਹੱਲ ਹੈਗਾ ਬਾਹਰ ਫਿਰ ਹਨਾ ਇਹ ਤਾਂ ਬਹੁਤ ਮੁਸ਼ਕਲ ਨਾਲ ਹੱਲ ਹੋ ਜੂਗਾ ਪਰ ਮੁਸ਼ਕਲ ਆ ਨਾ ਗੱਡੀ ਜਿਹੜਾ ਬਾਹਰ ਤਾਂ ਭਾਈ ਤੁਹਾਨੂੰ ਪਤਾ ਹੋਈ ਨਹੀਂ ਸਹੀ ਗੱਲ ਹੈ ਨਾਲੇ ਇਦਾਂ ਆ ਵੀ ਜਿੱਦਾਂ ਹੁਣ ਬਾਈ ਦੇ ਕੋਲ ਬਾਹਰ ਜਾਣਾ ਜੇ ਉੱਥੇ ਜਾਂਦੇ ਨੂੰ ਉਹਨੂੰ ਕੁਛ ਨਾ ਕੁਛ ਕਰਵਾਉਣਾ ਪਿਆ ਫਿਰ ਉਹਨੂੰ ਉਹ ਖੁਸ਼ੀ ਨਹੀਂ ਰਹਿ ਜਾਣੀ ਹਨਾ ਉਹ ਸਵਾਦ ਨਹੀਂ ਰਹਿ ਜਾਣਾ ਚੀਜ਼ ਦਾ ਵੀ ਹੁਣ ਇਧਰੋਂ ਚੀਜ਼ ਗਈ ਆ ਕੋਈ ਤੰਗੀ ਨਾ ਦਵੇ ਉੱਥੇ ਨਜ਼ਾਰੇ ਨਾ ਚੱਲੇ ਉਹ ਹੋਰ ਸਵਾਦ ਆ ਹਨਾ ਜਿਹੜਾ ਉੱਥੇ ਜਾ ਕੇ ਆਪਾਂ ਨੂੰ ਥੋੜਾ ਖੱਜਲ ਹੋਣਾ ਪੈ ਜਾਣਾ ਉਹ ਚੀਜ਼ ਹੋਰ ਹੋ ਜਾਣੀ ਆ ਤੇ ਬਾਕੀ ਹੁਣ ਜਿਹੜਾ ਇਹ ਚ ਸਪੈਸ਼ਲ ਅਲਟਰਨੇਟਰ ਲੱਗਣ ਵਾਲਾ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ 180 ਐਂਪੀਅਰ BMW ਦਾ ਤੇ ਮੰਨੂ ਭਾਜੀ ਇਹ ਅਲਟਰਨੇਟਰ BMW ਕਿਹੜੀ ਗੱਡੀ ਦਾ ਆ ਇਹ ਵੀ ਦੱਸ 730 ਦਾ ਭਾਜੀ 730 ਦਾ ਹੈ ਨਾ ਠੀਕ ਆ ਤੇ ਹੁਣ ਯਾਰ ਮਤਲਬ ਓਕੇ ਚੱਲੂਗਾ ਕੰਮ ਇੱਥੇ ਹੈ ਨਾ ਲਾਈਟ ਵੀ ਬਲਿੰਕ ਨਹੀਂ ਕਰਦੀ 1% ਵੀ ਠੀਕ ਆ ਤੇ ਬਾਕੀ ਆਪਾਂ ਫਿਟਿੰਗ ਤੁਹਾਨੂੰ ਚੈੱਕ ਕਰਵਾਉਂਦੇ ਆ ਤੇ ਮੰਨੂ ਭਾਜੀ ਜਿੱਦਾਂ ਆਪਾਂ ਇਹ ਵੀ ਚੀਜ਼ ਦੱਸਣਾ ਚਾਹੁੰਦੇ ਆ ਵੀ ਆਪਣੇ ਨਾਰਮਲ ਕਿੰਨੇ ਤੱਕ ਅਲਟਰਨੇਟਰ ਮਤਲਬ ਚੱਲਦਾ ਇਸ ਟਾਈਮ ਭਾਜੀ 200 ਐਂਪੀਅਰ ਤੱਕ ਹੀ ਆ ਆਈਡੀਆ ਦੇ ਵਿੱਚ ਠੀਕ ਹੈ ਜੇ 200 ਦਾ ਫਿੱਟ ਕਰਨਾ ਮੁਸ਼ਕਲ ਆ ਥੋੜਾ ਜਿਹਾ ਠੀਕ ਹੈ ਜਿਗਾੜ ਜ਼ਿਆਦਾ ਕਰਨਾ ਜਿਗਾੜ ਜ਼ਿਆਦਾ ਉਹਦਾ ਬੈਟਰੀ ਟਾਈਟ ਹੋਣੀ ਉਹਦੀ ਬਲੌਕ ਨਾਲ ਕੱਸ ਹੁੰਦਾ ਉਹ ਜੀ ਠੀਕ ਹੈ ਵੈਸੇ ਵੀ ਮਤਲਬ ਗੇੜੇ ਵੀ ਮਰ ਜਾਣੇ ਰੇਟਰ ਦੇ ਹਨ ਟਾਈਟ ਭਾਜੀ ਇੰਨੇ ਤੇ ਬਸ ਹੁੰਦੀ ਪਈ ਇੰਨੇ ਤੇ ਬਸ ਹੁੰਦੀ ਪਈ ਹਾਂ ਜੇ ਹਾਈ ਸਪੀਡ ਬਣਾਇਆ ਹੋਵੇ ਟਾਈਟਰ ਫੇ ਨਹੀਂ ਇਹ ਚੱਲਦਾ ਤੇ ਨਹੀਂ ਚੱਲਣਾ ਹਨਾ ਜੇ ਆ ਤਾਂ ਲੋਡ ਇਹਨੂੰ ਆਪਾਂ ਕਵਰ ਕਰਨਾ ਪੈਣਾ ਜਿਹੜੀ 180 ਦਾ ਵੀ ਦੱਸਦਾ ਟਾਈਟਰ ਨੂੰ ਲੱਗਾ ਆ ਠੀਕ ਹੈ ਤੇ ਜੇ ਮਤਲਬ 180 ਵਾਲਾ ਜਿੱਦਾਂ ਮੇਰੇ ਭਰਾ ਨੇ ਲਗਵਾਉਣਾ ਹੋਵੇ ਹਾਂਜੀ ਹਾਂਜੀ ਇਹ BMW ਦਾ ਹਨਾ ਕੀ ਰੇਟ ਮਤਲਬ ਆਪਾਂ ਫਿਟਿੰਗ ਕਰਕੇ ਕਿੰਨਾ ਕਰੇ ਇਸ ਵੇਲੇ ਜਿਹੜਾ ਭਾਜੀ ਫਿਟਿੰਗ ਕਰਕੇ ਜਿਹੜਾ ਰੇਟ ਇਹਦਾ 22000 ਰੁਪਇਆ ਪੈ ਰਿਹਾ ਠੀਕ ਹੈ ਹਾਂਜੀ ਤੇ ਇਦਾਂ ਆ ਵੀ ਵੈਸੇ ਨਜ਼ਾਰਾ ਆਊਗਾ ਭਾਵੇਂ 8 ਸਾਬੂ ਫਿਰ ਚਲਾ ਲਓ ਭਾਵੇਂ 10 ਚਲਾ ਲਓ ਕਿਉਂਕਿ ਜੇ ਆਪਾਂ ਕਹੀਏ ਵੀ ਟਰੈਕਟਰ ਲਈ ਲਿਆਉਣਾ ਆ ਫੇਰ ਤਾਂ ਟਰੈਕਟਰ ਲਈ ਹਿਸਾਬ ਨਾਲ ਤਾਂ ਮਹਿੰਗਾ ਲੱਗਦਾ ਪਰ ਜਦੋਂ ਗੱਡੀ ਦੇ ਹਿਸਾਬ ਨਾਲ ਅਗਲਾ ਲੈਂਦਾ ਆ ਸਹੀ ਗੱਲ ਉਹਦਾ ਕਹਿੰਦਾ ਵੀ ਮੇਰਾ ਅਲਟਰਨੇਟਰ ਮਹਿੰਗਾ ਵਿਕਦਾ ਹਾਂਜੀ ਹਾਂਜੀ ਆਪਾਂ ਕਿਤੇ ਸਕ੍ਰੈਪ ਵਾਲੇ ਤੋਂ ਲਿਆਉਣੇ ਆ ਅਗਲਾ ਕਹਿੰਦਾ ਮੈਂ ਗੱਡੀ ਵਾਲੇ ਦੇਣਾ 750 ਗੱਡੀ ਵਾਲਾ ਦੇਖੋ ਕਿੰਨਾ ਬੰਦਾ ਰਿਚ ਹੋਊਗਾ ਸਹੀ ਗੱਲ ਹੈ ਭਾਈ ਕੋਲੋਂ ਗੱਡੀ ਹੋਊ ਹਾਂਜੀ ਹਾਂਜੀ ਆਪਾਂ ਤਾਂ ਚਲੋ ਉਹਨਾਂ ਨੂੰ ਕਹਿ ਦਿੰਦੇ ਆ ਵੀ ਅਸੀਂ ਟਰੈਕਟਰ ਨੂੰ ਜਿਗਾੜ ਕਰਦੇ ਤੇ ਵੈਸੇ ਵੀ ਭਾਜੀ ਜਿੱਦਾਂ ਮਿਲਦੇ ਵੀ ਡਿਮਾਂਡ 'ਚ ਆ ਕਿਉਂਕਿ ਮਹਿੰਗੀਆਂ ਗੱਡੀਆਂ ਛੇਤੀ ਕਿਤੇ ਐਕਸੀਡੈਂਟ ਹੁੰਦੀਆਂ ਨੇ ਹਨਾ ਤੇ ਇਹ ਚੱਕਰ ਪੈ ਜਾਂਦਾ ਹਨਾ ਕਿੰਨੇ ਪੀਸ ਆ ਹਾਂ 94 ਪੀਸ ਆ ਭਾਈ 10 ਪੀਸ ਆਏ ਆਪਣੇ ਕੋਲ ਠੀਕ ਹੈ ਉਹਦੇ 10 ਦੇ 10 ਬੁੱਕ ਹੋ ਗਏ ਤੇ ਮੈਂ ਭਾਈ ਨੂੰ ਪਹਿਲੇ ਕਹਿਤਾ ਮੈਂ ਕਿਹਾ ਭਾਜੀ ਮੇਰੇ ਲਈ ਰੱਖ ਲਈ ਮੈਂ 2 ਦਿਨ ਟਰੈਕਟਰ ਪਹਿਲੇ ਖੜਾ ਕਰ ਗਿਆ ਸੀਗਾ ਭਾਈ ਠੀਕ ਹੈ ਭਾਜੀ ਠੀਕ ਆ ਇਦਾਂ ਆ ਵੀ ਕਿਉਂਕਿ ਇਹ ਚੀਜ਼ ਮਿਲਦੀ ਨਹੀਂ ਗੀ ਬਹੁਤ ਹੀ ਘੱਟ ਚੀਜ਼ ਆ ਵੈਸੇ ਵੀ ਜਿਹੜਾ ਨਾਮ ਬਣਿਆ BMW ਕਿਤੇ ਮਾੜੀ ਮੋਟੀ ਚੀਜ਼ ਥੋੜੀ ਆ ਹਨਾ ਭਾਜੀ ਤੇ ਬਹੁਤ ਘੱਟ ਜਿਹੜਾ ਇਹਦਾ ਅਲਟਰਨੇਟਰ ਜਿਹੜਾ ਮਿਲਦਾ ਪਿਆ ਨਾਲ ਲੱਗਾ ਹੋਣਾ ਇੰਪੋਰਟਡ ਦੇਸ਼ਾਂ ਤੋਂ ਬਾਹਰਲੇ ਮੁਲਕਾਂ ਤੋਂ ਬਣਿਆ ਹੋਣਾ ਮੇਡ ਇਨ ਫਰਾਂਸ ਦਾ ਇਹ ਠੀਕ ਹੈ ਭਾਜੀ ਇਹ ਇੰਡੀਆ 'ਚ ਤਾਂ ਬਣਦਾ ਹੀ ਨਹੀਂ ਇਹ ਹਾਂਜੀ ਹਾਂਜੀ ਬਾਹਰੋਂ ਬਣੇ ਹੁੰਦੇ ਨਾਲ ਲੱਗੇ ਗੱਡੀਆਂ ਦੇ ਆਉਂਦੇ ਆ ਠੀਕ ਆ ਤੇ ਬਾਕੀ ਆਪਾਂ ਦੀ ਪ੍ਰੋਪਰ ਫਿਟਿੰਗ ਜਿਹੜੀ ਹੁਣ ਤੁਹਾਨੂੰ ਚੈੱਕ ਕਰਵਾਉਂਦੇ ਆ ਤੇ ਨਾਲ ਦੀ ਨਾਲ ਐਂਪੀਅਰ ਵੀ ਚੈੱਕ ਕਰਵਾਵਾਂਗੇ ਲਾਸਟ ਵਿੱਚ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਕਿੰਨੇ ਐਂਪੀਅਰ ਕੱਢਦਾ ਉਹ ਵੀ ਚੈੱਕ ਕਰਵਾਵਾਂਗੇ ਇਹ ਨਹੀਂ ਕਿ ਆਪਾਂ ਮਤਲਬ ਮੂੰਹੋਂ ਕਹਿਤਾ ਵੀ 180 ਆ ਤੇ 180 ਨਾ ਕੱਢੇ ਕੱਢਦਾ ਆ ਹਾਂ ਕੱਢਦਾ ਕਿਉਂਕਿ ਬੰਦੇ ਦੀ ਤਸੱਲੀ ਹੋ ਗਈ ਜਿਹਦਾ ਕੰਮ ਚੱਲਦਾ ਆ ਠੀਕ ਹੈ ਭਾਜੀ ਉਹ ਟਰੈਕਟਰ ਤੱਕਾ ਸਟਾਰਟ ਆਇਆ ਸੀਗਾ ਠੀਕ ਹੈ ਹੁਣ ਟਰੈਕਟਰ ਸਟਾਰਟ ਨੋਰਮਲ ਭਾਈ ਐਨ ਓਕੇ ਰਿਪੋਰਟ ਆ ਕੱਲ 2 ਗੇੜੀਆਂ ਵੀ ਲਾਈਆਂ ਠੀਕ ਹੈ ਪੂਰੀ ਗੱਲਬਾਤ ਪੂਰੀ ਓਕੇ ਹੋਣੀ ਤਸੱਲੀ ਕਰਕੇ ਤੋੜਨਾ ਤਾਂ ਹੀ ਟਰੈਕਟਰ ਇੱਥੇ ਰੁਕਿਆ ਆ ਠੀਕ ਹੈ ਟਰੈਕਟਰ ਆਇਆ ਦੂਰੋਂ ਨੂਰ ਬੈ ਤੇ ਜਿੱਦਾਂ ਭਾਜੀ ਦਾ ਮਤਲਬ ਵੈਸੇ ਜਿੱਦਾਂ 6 ਸਾਬੂ ਫਿਰ ਨੋਰਮਲੀ ਆਪਣੇ ਜਿੱਦਾਂ ਆਮ ਹੀ ਹੋ ਗਈ ਹੁਣ ਇਹ ਚੀਜ਼ ਹੈ ਨਾ ਤੇ ਵੀ ਜਿੱਦਾਂ ਇਹ ਥੋੜਾ ਕਾਸਟਲੀ ਪੈ ਜਾਂਦਾ ਹਾਂਜੀ ਹਾਂਜੀ ਤੇ ਜਿੱਦਾਂ ਨੋਰਮਲ ਰੇਟ ਦੇ ਵਿੱਚ ਅਲਟਰਨੇਟਰ ਕਿੰਨੇ ਕੁ ਵਾਲਾ ਮਤਲਬ ਸਹੀ ਚੱਲਦਾ ਹੈ 90 ਐਂਪੀਅਰ ਯੂਜ਼ ਹੁੰਦਾ ਪਿਆ ਇਸ ਵੇਲੇ ਠੀਕ ਹੈ ਵੱਧ ਤੋਂ ਵੱਧ ਜਿਆਦਾ ਜੇ 40-50 ਪੀਸ ਲਾਈਏ ਠੀਕ ਹੈ ਤੇ ਉਹਨਾਂ ਦੇ ਵਿੱਚੋਂ 30 ਪੀਸ ਜਿਹੜੇ ਆ ਉਹ 90 ਦੇ ਲੱਗਦੇ ਆ ਠੀਕ ਹੈ ਭਾਈ ਹਾਂ ਜਿਹੜੀ 10 ਪੀਸ ਜਿਹੜੇ ਉਹਦਾ ਕੀ ਰੇਟ ਜਿੱਦਾਂ ਫਿਰ ਪੈ ਜਾਂਦਾ ਜਿਹੜਾ 90 ਵਾਲਾ ਭਾਜੀ 3000 3300 4000 ਜਿਹੜਾ 3000 ਵਾਲਾ ਥੋੜਾ ਬਹੁਤ ਜਿਹਦਾ ਉਹਦੀ ਕੰਡੀਸ਼ਨ ਥੋੜੀ ਠੀਕ ਠਾਕ ਹੁੰਦੀ ਰਿਪੇਅਰ ਹੋਏ ਹੁੰਦੇ ਆ ਅੱਛਾ ਜਿਹੜਾ 3500 ਵਾਲਾ ਉਹ ਵੀ ਵਧੀਆ ਹੁੰਦਾ ਆ 4000 ਵਾਲਾ ਬਿਲਕੁਲ ਓਰੀਜਨਲ ਹੋਊਗਾ ਬ੍ਰਾਂਡ ਵਰਗਾ ਨਿਊ ਵਰਗਾ ਹੋਊਗਾ ਉਹ ਠੀਕ ਹੈ ਭਾਈ ਹਾਂਜੀ ਹਾਂਜੀ ਤੇ ਬਾਕੀ ਜਿੱਦਾਂ ਜਿੱਦਾਂ ਉੱਪਰ ਜਾਣਾ ਜਿੱਦਾਂ 120 ਵਾਲਾ ਹੋ ਗਿਆ ਜਾਂ ਵਗੈਰਾ ਵਗੈਰਾ ਉਦਾਂ ਉਦਾਂ ਥੋੜਾ ਰੇਟ ਜਿਹੜਾ ਅਪ ਹੋਈ ਜਾਂਦਾ ਕੰਡੀਸ਼ਨ ਦੇ ਅਕੋਰਡਿੰਗ ਰੇਟ ਆ ਸਾਰੇ ਭਾਜੀ ਠੀਕ ਹੈ ਹਾਂਜੀ ਤੇ ਇਹ ਜਿੱਦਾਂ ਬੌਸ਼ ਵਗੈਰਾ ਦੇ ਵੀ ਆਉਂਦੇ ਆ ਹਨਾ ਅਲਟਰਨੇਟਰ ਵੀ ਆਉਂਦੇ ਆ ਜਿਹੜੇ ਹੁਣ ਨਾਲ ਲੱਗੇ ਗੱਡੀਆਂ ਦੇ ਆਉਂਦੇ ਆ ਭਾਜੀ ਬਾਹਰਲੇ ਆਉਂਦੇ ਆ ਠੀਕ ਹੈ ਜਿੱਦਾਂ ਮੇਡ ਇਨ ਇੰਡੀਆ ਨਹੀਂ ਹੁੰਦੇ ਸਾਰੇ ਕੋਈ ਕਿਸੇ ਮੁਲਕ ਦਾ ਹੁੰਦਾ ਕੋਈ ਕਿਸੇ ਦਾ ਕੋਈ ਇੰਪੋਰਟਡ ਗੱਡੀਆਂ ਨੂੰ ਲੱਗੀਆਂ ਹੁੰਦੀਆਂ ਸਾਰੀਆਂ ਠੀਕ ਹੈ ਹਾਂਜੀ ਤੇ ਜਿਆਦਾ ਮਤਲਬ ਆਪਣੇ ਨਾਰਮਲ ਕਿਹੜਾ
ਬਾਕੀ ਇਹਦਾ ਰਿਪੇਅਰ ਹੋਏ ਵਾਲਾ ਨਾ ਲਾਵੇ, ਹਾਂ ਰਿਪੇਅਰ ਹੋਇਆ ਨਾ ਹੋਵੇ ਤੇ ਇੱਕ ਚੈੱਕ ਕਰਕੇ ਗਰੀਸ ਗਰਾਸ ਕਰਾ ਕੇ ਲਾਵੇ। ਟ੍ਰੇਡਰਾਂ ਨੂੰ ਮੁੜ ਕੇ ਖੇਤੀ ਚ ਵੀ ਚੱਲਣੇ ਹੁੰਦੇ ਆ। ਠੀਕ ਹੈ ਭਾਜੀ, ਠੀਕ। ਬਾਕੀ ਜਿੱਦਾਂ ਮੈਨੂੰ ਭਾਜੀ ਇੱਕ ਹੋਰ ਨਿਊ ਹੋਲੈਂਡ ਜਿਹੜਾ 3630 ਖੜਾ ਹਨਾ, ਹਾਂਜੀ, ਤੇ ਉਹਨੂੰ ਵੀ ਲੱਗਣ ਵਾਲਾ ਆ ਨਾ। ਹਾਂਜੀ ਭਾਜੀ, ਇਹਨੂੰ 125 ਦਾ ਲਾਉਣਾ ਹੈ ਜੀ। ਠੀਕ ਹੈ, ਹਾਂਜੀ ਹਾਂਜੀ। ਇਹ ਵੀ ਆਪਣੇ ਤਲਵੜ ਤੋਂ ਮੁੰਡਾ ਕੰਬਲ, ਉਹਦਾ ਟ੍ਰੇਡਰ ਆਇਆ ਹੋਇਆ, ਬਿੱਲੇ ਤੋਂ ਸਿਸਟਮ ਲੱਗਾ ਇਹਦਾ ਸਾਰਾ। ਤੇ ਬਿੱਲੇ ਭਾਜੀ ਰਾਮ ਗੱਡੀ ਜਿੰਨਾ ਵੀ ਸਿਸਟਮ ਲੱਗਾ ਹੋਇਆ ਤੇ ਬੰਪਰ ਵਗੈਰਾ ਪੂਰਾ ਇਹ ਤਿਆਰ ਹੋਣਾ ਆ, ਫਿਰ ਆਪਾਂ ਇਹਦੀ ਪੂਰੀ ਵੀਡੀਓ ਲੈ ਕੇ ਆਵਾਂਗੇ। ਇਹਦਾ ਕੰਪਰੈਸ਼ਰ ਵਗੈਰਾ, ਹਾਰਨ ਵਗੈਰਾ ਸਾਰਾ ਕੁਝ ਲਾ ਕੇ ਤੋਰਨਾ ਇਹਨੂੰ। ਠੀਕ ਆ, ਹਾਂਜੀ। ਤੇ ਇਹਨੂੰ 125 ਵਾਲਾ ਲੱਗਣਾ ਹੈ ਭਾਈ। 125 ਵਾਲਾ ਕਹਿੰਦੇ ਵੀ ਗਾਹਾਂ ਸ਼ਾਇਦ ਵਧਾਉਣੇ ਪੈਣ ਬੂਹਰ। ਠੀਕ ਆ, ਤਾਂ ਕਰਕੇ ਆਪਾਂ ਫਿਰ ਪਹਿਲਾਂ ਲਾ ਕੇ ਤੋਰਨਾ। ਤੇ 125 ਵਾਲੇ ਦਾ ਜਾਂ ਕੀ ਖਰਚਾ ਫਿਰ ਪੈ ਜਾਂਦਾ ਭਾਈ? ਜਿਹੜਾ ਇਹਨਾਂ ਨੂੰ ਭਾਜੀ ਉਹ ਬ੍ਰੈਂਡ ਨਿਊ ਵਰਗਾ ਮਿਲ ਗਿਆ, ਤੇ ਐਨ ਜਿੱਦਾਂ 21 ਮਾਡਲ ਗੱਡੀ ਦਾ ਆ ਉਹ। ਠੀਕ ਆ, ਤੇ ਉਹ ਇਹਨਾਂ ਨੂੰ ਤਕਰੀਬਨ 95-100 ਦਾ ਪੈਣਾ ਫਿਟਿੰਗ ਫੁਟਿੰਗ ਕਰਕੇ। ਠੀਕ ਹੈ, ਹਾਂਜੀ ਹਾਂਜੀ। ਤੇ ਇੱਕ ਜਿੱਦਾਂ ਭਾਜੀ ਮੇਰੀ ਆਪਣੀ ਜਿੱਦਾਂ ਪੁਰਾਣੀ ਵੀਡੀਓ ਸੀ, ਉਹਨੂੰ ਬਹੁਤ ਇਹਦਾ ਪਿਆਰ ਦਿੱਤਾ। ਹਾਂਜੀ ਹਾਂਜੀ, ਹਨਾ। ਤੇ ਕਾਫੀ ਆਪਾਂ ਉਹਦੇ ਵਿੱਚ ਗੱਲਾਂ ਸਮਝਾਈਆਂ ਸੀ ਭਰਾਵਾਂ ਨੂੰ, ਹਨਾ। ਤੇ ਜਿੱਦਾਂ ਜੇ ਹੋਰ ਵੀਡੀਓ ਮੇਰੇ ਭਰਾਵਾਂ ਨੇ ਕਿਸੇ ਨੇ ਨਹੀਂ ਦੇਖੀ ਤਾਂ ਉਹ ਵੀ ਦੇਖ ਸਕਦੇ, ਕਿਉਂਕਿ ਜਿੱਦਾਂ ਉਹ ਆਪਾਂ ਕੀਤੀ ਸੀ ਨਾਰਮਲ ਸਿਸਟਮਾਂ ਦੇ ਲਈ ਜਾਂ 90 ਐਂਪੀਅਰ ਦਾ 120 ਵਾਲੇ ਦਾ ਹੋ ਗਿਆ, ਹਨਾ। ਉਹਦੇ ਵਿੱਚ ਜਿੱਦਾਂ ਮੇਰੇ ਭਰਾ ਕਈ ਕਮੈਂਟ ਕਰਦੇ ਸੀਗੇ ਕਿ ਜਿੱਦਾਂ ਆਲਟੋ ਨੂੰ ਜੈਨ ਨੂੰ 90 ਵਾਲਾ ਹੁੰਦਾ ਆ, ਹਾਂਜੀ, ਵੀ ਉਹ ਸਹੀ ਰਹੂਗਾ ਕਿ ਨਹੀਂ? ਆਲਟੋ ਨੂੰ ਭਾਜੀ ਤਕਰੀਬਨ ਅਸੀਂ 45-55 ਤੱਕ ਹੀ ਆਉਂਦੇ ਆ, ਇਹ ਤੋਂ ਉੱਪਰ ਨਹੀਂ ਆਉਂਦਾ। ਕੇਡੈਂਸ ਪਰ ਆਪਣੇ ਕੋਲ ਕਮੈਂਟ ਵੀ ਪਿਆ ਜਿੱਦਾਂ ਉਹ, ਆਪਾਂ ਉਹ ਡਿਲੀਟ ਨਹੀਂ ਕੀਤਾ ਇਸੇ ਕਰਕੇ। ਜਿਹੜੀ ਹੋਂਡਾ ਦੀ ਗੱਡੀ ਆਉਂਦੀ ਆ, ਹਾਂਜੀ, ਇਹ ਹੋਂਡਾ ਸਿਟੀ ਲਾ ਲਓ ਤੁਸੀਂ, ਜਾਂ ਹੋਂਡਾ ਦੇ ਉੱਪਰਲੇ ਮਾਡਲ ਆਉਂਦੇ ਸਿਵਿਕ ਆ ਜਾਂਦਾ, ਉਹ 65 ਐਂਪੀਅਰ ਦਾ ਆਉਂਦਾ। ਠੀਕ, ਉਹਦੇ ਨਾਲ ਵੀ ਤਕਰੀਬਨ ਵਧੀਆ, ਜੇ ਸਿੰਗਲ ਕੋਇਲ 4 ਲੱਗੇ ਅਗਲੇ ਦੇ। ਠੀਕ, ਵਧੀਆ 6 ਬੂਫਰ ਮੁੰਡਾ ਇੱਕ ਹੈਗਾ ਆ ਸਾਹਿਬ ਚੀਮਾ, ਸ਼ਾਇਦ ਉਹ ਵੀ ਬਲੌਗ ਬਣਾਉਂਦਾ ਆ। ਹਾਂਜੀ, ਉਹਦੇ ਨਾਲ ਗੱਲ ਹੋਈ ਸੀ, ਮੈਂ ਉਹਨੂੰ ਸਲਾਹ ਦਿੱਤੀ ਸੀ ਵੀ ਇਹ 65 ਐਂਪੀਅਰ ਦਾ ਲਾ ਲਾ, ਉਹ ਵਧੀਆ ਉਹਦਾ ਚੱਲਦਾ ਪਿਆ ਸਿਸਟਮ, ਖੁਸ਼ ਆ ਉਹ ਵੀ ਬੰਦਾ। ਠੀਕ ਹੈ ਭਾਈ, ਹਾਂਜੀ ਹਾਂਜੀ। ਤੇ ਭਾਈ ਨੇ ਪੂਰਾ ਬਲੌਗ ਵੀ ਪਾਇਆ ਸੀਗਾ ਤੇ ਭਾਈ ਦਾ ਨਾਮ ਵੀ ਵਿੱਚ ਬਲੌਗ ਦੇ ਲਿਆ ਸੀ, ਤੁਸੀਂ ਨਹੀਂ ਦੇਖਿਆ ਤਾਂ ਬਲੌਗ ਭਾਈ ਦਾ ਜਾ ਕੇ। ਇਦਾਂ ਆ ਵੀ ਕਈ ਮੇਰੇ ਭਰਾ ਗੁੱਸੇ ਹੋ ਜਾਂਦੇ ਆ ਵੀ ਫੋਨ ਨਹੀਂ ਚੱਕਦਾ ਜਾਂ ਮੈਸੇਜ ਜਿਹਦਾ ਰਿਪਲਾਈ ਨਹੀਂ ਕਰਦਾ। ਹਾਂਜੀ ਭਾਈ, ਸਾਰੀ ਦਿਹਾੜੀ ਜਿੱਦਾਂ ਕੰਮ ਦੇ ਵਿੱਚ ਹੋਣ ਕਰਕੇ ਰਾਤ ਨੂੰ 7:30 ਤੋਂ ਬਾਅਦ ਜਦੋਂ ਮਰਜ਼ੀ ਫੋਨ ਕਰੋ, ਸਾਰੀ ਸਲਾਹ ਪੂਰੀ ਮਿਲੂਗੀ ਭਾਜੀ। ਠੀਕ ਹੈ ਭਾਈ, ਠੀਕ ਆ। ਬਾਕੀ ਇਦਾਂ ਹੁਣ ਵੀ 3 ਟਰੈਕਟਰ ਖੜੇ ਆ ਤੇ ਗੱਡੀ ਵੀ ਖੜੀ ਆ ਤੇ ਨਾਲ ਦੀ ਨਾਲ ਚੱਲੀ ਜਾਂਦਾ, ਕਿਸੇ ਨਾ ਕਿਸੇ ਪਾਸੇ ਦਿਮਾਗ ਲੱਗੀ ਜਾਂਦਾ ਵੀ ਫੋਨ ਕਈ ਵੇਲੇ ਕੰਮ 'ਚ ਫਸੇ ਹੁੰਦੇ ਕਰਕੇ ਫੋਨ ਚੱਕਣਾ, ਸਲਾਹ ਦੇਣੀ, ਘੰਟਾ ਖਰਾਬ ਹੋ ਜਾਣਾ ਤਕਰੀਬਨ 1/2 ਘੰਟਾ ਭਾਜੀ ਅਗਲੇ ਨੂੰ ਦੱਸਦੇ ਆ ਨੂੰ, ਅਗਲੇ ਨੂੰ ਪਹਿਲਾਂ ਪੁੱਛਣਾ ਸਾਰਾ ਕੀ ਲੱਗਾ ਉਹਦਾ, ਉਹਦੇ ਕਰਕੇ ਵੀ ਸਾਰਾ ਕੁਝ ਟਾਈਮ ਰਾਤ ਨੂੰ ਫ੍ਰੀ ਹੋਈਦਾ। ਹਾਂਜੀ, ਜੋ ਮਰਜ਼ੀ ਪੁੱਛੇ ਨਾਲੇ ਉਦੋਂ ਵੀ ਥੋੜਾ ਮਾਈਂਡ ਵੀ ਫ੍ਰੀ ਹੁੰਦਾ ਆ। ਠੀਕ ਆ, ਹਾਂਜੀ। ਤੇ ਬਾਕੀ ਇਦਾਂ ਆ ਵੀ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਆ, ਤੇ ਲੋਕੇਸ਼ਨ ਭਾਜੀ ਇੱਕ ਵਾਰੀ ਆਪਣੇ ਫਿਰ ਦੁਬਾਰਾ ਦੱਸ ਦਿਓ ਭਾਜੀ। ਆਪਣੀ ਲੋਕੇਸ਼ਨ ਹੈਗੀ ਆ, ਸ਼ੋਪ ਦਾ ਨਾਂ ਹੈਗਾ ਮੁਖਤਿਆਰ ਆਟੋ ਇਲੈਕਟ੍ਰੀਸ਼ੀਅਨ, ਤੇ ਜਿਹੜੀ ਸ਼ੋਪ ਆਪਣੀ ਹੈਗੀ ਆ ਫਗਵਾੜਾ ਤੋਂ ਮਾਲਪੁਰ ਰੋਡ ਦੇ ਅੱਡੇ ਦੇ ਵਿੱਚ ਹੀ ਆ, ਤੇ ਕੰਟੈਕਟ ਨੰਬਰ ਤੇ ਜਿਹੜਾ ਇੰਸਟਾਗ੍ਰਾਮ ਦੀ ਆਈਡੀ ਉੱਪਰ ਸਕਰੀਨ ਤੇ ਐਡ ਕਰ ਦਾਂਗੇ। ਤੇ ਬਾਕੀ ਹੁਣ ਆਪਾਂ ਉਹਦੀ ਫਿਟਿੰਗ ਦਿਖਾਈਏ। ਹਾਂਜੀ ਹਾਂਜੀ। ਤੇ ਉਹਦੇ ਆਪਾਂ ਟ੍ਰੇਡਰ ਆਇਆ ਆਪਣੇ ਕਮਲ ਭਰਾ ਤਾਰਪੁਰ ਵਾਲੇ ਦੇ ਲੋ। ਠੀਕ ਹੈ, ਟ੍ਰੇਡਰ ਕੈਨੇਡਾ ਨੂੰ ਜਾਣਾ, ਇਹ ਵੀ ਭਾਜੀ ਤਿਆਰ ਹੋਣਾ ਸਾਰਾ ਟੋਟਲੀ ਕਮਲ ਭਰਾ ਜਿਹੜਾ ਆ, ਤੇ ਕਾਫੀ BMW ਦਾ ਹੀ ਅਲਟੀਨੇਟਰ ਲੱਗਣਾ ਆ। ਠੀਕ ਹੈ, 175 ਐਂਪੀਅਰ ਦੇ ਵਿੱਚ। ਠੀਕ ਹੈ, ਉਹ 530 ਦਾ ਹੋਊਗਾ, ਟਾਇਰ ਤੋਂ ਹੀ ਦੇਖ ਸਕਦੇ ਆ। ਤੇ ਵੈਸੇ ਵੀ ਕਮਲ ਭਰਾ ਜਿੱਦਾਂ ਪਹਿਲੇ ਵੀ 2 ਜਿਹੜੇ ਟ੍ਰੇਡਰ ਰੱਖੇ ਆ ਨਾ, ਬਹੁਤ ਸੋਹਣੇ ਉਹ ਵੀ ਤਿਆਰ ਕੀਤੇ ਹੋਏ ਆ। ਚਲੋ ਲੱਗਦਾ ਸਿਆਣਾ ਜਿਹਾ ਹਜੇ ਤਾਂ ਲੀਹ ਦੇ ਵਿੱਚ ਆਇਆ ਆ, ਬੰਪਰ ਵਗੈਰਾ ਲੱਗਾ ਆ, ਇਹ ਬਣੂਗੀ ਗੱਲ ਪੂਰੀ। ਹਾਂਜੀ ਹਾਂਜੀ। ਤੇ ਕਿੰਨੇ ਟਾਈਮ 'ਚ ਤਿਆਰ ਹੋਊਗਾ ਫਿਰ? ਬਸ ਭਾਜੀ ਮਹੀਨੇ ਦੇ ਵਿੱਚ ਵੀਡੀਓ ਆ ਰਹੀ ਹੈ ਇਹਦੀ ਵੀ। ਠੀਕ ਆ ਹਾਂਜੀ, ਕਿਉਂਕਿ ਜਾਣਾ ਇਹ ਬਾਹਰ ਨੂੰ ਆ। ਠੀਕ ਆ, ਤੇ ਸਪੈਸ਼ਲ ਬੰਦਿਆਂ ਦੀ ਵੱਡੀ ਡਿਮਾਂਡ ਆ ਉਹਨਾਂ ਦੀ। ਠੀਕ ਹੈ ਭਾਈ। ਤੇ ਬਾਕੀ ਹੁਣ ਆਪਾਂ ਇਹਦੀ ਫਿਟਿੰਗ ਤੁਹਾਨੂੰ ਚੈੱਕ ਕਰਵਾਉਂਦੇ ਆ, ਟਾਈਮ ਲੈਪਸ ਤੁਸੀਂ ਦੇਖੋ। ਤੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤੁਸੀਂ ਕਮੈਂਟ ਵੀ ਕਰ ਸਕਦੇ ਆ, ਭਾਈ ਨੂੰ DM ਕਰ ਸਕਦੇ ਆ, ਕਾਲ ਕਰ ਸਕਦੇ ਆ। ਤੇ ਹੁਣ ਤੁਹਾਨੂੰ ਆਪਾਂ ਫਿਟਿੰਗ ਚੈੱਕ ਕਰਵਾਉਂਦੇ ਆ ਇਹਦੀ। ਮੈਨੂੰ ਭਾਜੀ ਜਿੱਦਾਂ ਮਤਲਬ ਮੈਂ ਇੱਕ ਹੋਰ ਚੀਜ਼ ਪੁੱਛਣਾ ਚਾਹੁੰਦਾ ਵੀ ਇਦਾਂ ਦੀ ਫਿਟਿੰਗ ਵਗੈਰਾ ਵੀ ਆਪਣੀ ਸੌਖੀ ਆ ਗਈ ਸੀ ਕਿ ਨਹੀਂ? ਨਹੀਂ ਭਾਜੀ, ਇਹਦੇ ਲਈ ਯਾਰ ਜਗਾੜੇ ਕਰਨਾ ਪਿਆ ਸੀਗਾ। ਪਹਿਲਾਂ ਤਾਂ ਇੱਕ ਵਾਰੀ ਤਾਂ ਅਸੀਂ ਛੱਡ ਦਿੱਤੀ ਸੀਗੀ ਕਿਉਂਕਿ ਇਹਦੇ ਅਲਟੀਨੇਟਰ ਔਖਾ ਥੋੜਾ ਜਿਹਾ ਫਿੱਟ ਹੁੰਦਾ ਸੀਗਾ। ਠੀਕ ਆ, ਪਰ ਫਿਰ ਵੀ ਚਲੋ ਹੌਸਲਾ ਨਹੀਂ ਛੱਡਿਆ, ਫਿਰ ਵੀ ਫਿੱਟ ਹੋ ਗਿਆ। ਤੇ ਇਹ ਜਿੱਦਾਂ ਮਤਲਬ ਜਿਹੜੇ ਨਾਰਮਲ ਲੱਗਦੇ ਉਹਦੇ ਨਾਲੋਂ ਥੋੜਾ ਜਿਹਾ ਟਫ ਰਿਹਾ ਥੋੜਾ ਜਿਹਾ, ਕਿਉਂਕਿ ਪਹਿਲਾਂ ਲਾਇਆ ਸੀਗਾ ਇੰਡੀਆ ਦੇ ਵਿੱਚ, ਮੇਰੇ ਹਿਸਾਬ ਨਾਲ ਪਹਿਲਾਂ ਹੀ ਆ ਟ੍ਰੇਟਰ ਦੇ ਉੱਪਰ ਤਾਂ ਨਹੀਂ ਲਾਇਆ ਭਾਈ, ਜਾਂਦਾ ਹੀ ਨਹੀਂ ਕੋਈ, ਅਗਲਾ ਸੋਚਦਾ ਨਹੀਂ ਵੀ BMW ਦਾ ਲਾਈਏ। ਤੇ ਪਹਿਲਾਂ ਮਤਲਬ ਇੰਡੀਆ ਦੇ ਵਿੱਚ ਪਹਿਲਾ ਟ੍ਰੇਟਰ ਆ ਜਿਹਨੂੰ BMW 180 ਐਂਪੀਅਰ ਦਾ ਲੱਗਾ। ਫਾਰਮ ਫੂਡ ਦੇ ਥੋੜਾ ਜਿਹਾ ਔਖਾ ਹੁੰਦਾ ਫਿੱਟ ਕਰਨਾ। ਠੀਕ ਆ ਹਾਂਜੀ। ਤੇ ਬਾਕੀ ਇਦਾਂ ਆ ਵੀ ਜਿੱਦਾਂ ਟ੍ਰੇਟਰ ਦੇ ਹਿਸਾਬ
ਨਾਲ ਆ ਬਾਕੀ ਹੁਣ ਇਦਾਂ ਆ ਆਪਾਂ ਲਾ ਲਿਆ ਆ ਹੁਣ ਕੋਈ ਚੱਕਰ ਨਹੀਂ ਹੁਣ ਪਤਾ ਲੱਗ ਗਿਆ ਹੁਣ ਲਾਉਣਾ ਆ ਆਪਾਂ ਇੱਕ ਹੋਰ ਫੋਟ ਜਿਹੜਾ ਤੁਹਾਨੂੰ ਦਿਖਾ ਲਿਆ ਬਾਹਰ ਨੂੰ ਜਾਣਾ ਠੀਕ ਹੈ ਉੱਤੇ ਲਾਉਣਾ ਆ ਠੀਕ ਆ ਤੇ ਉੱਤੇ ਐਨ ਬ੍ਰਾਇਨ ਇਦਾਂ ਹੀ ਫਿਟਿੰਗ ਆਊਗੀ ਪੂਰੀ ਪ੍ਰੋਪਰ ਤੇ ਇਹ ਪਹਿਲਾ ਐਕਸਪੀਰੀਅੰਸ ਹੀ ਮਤਲਬ ਆਪਾਂ ਬਿਲਕੁਲ ਪਹਿਲਾ ਐਕਸਪੀਰੀਅੰਸ ਹੈਗਾ ਠੀਕ ਹੈ ਬਾਈ ਠੀਕ ਆ ਤੇ ਬਹੁਤ ਸੋਹਣੀ ਫਿਟਿੰਗ ਵਗੈਰਾ ਤੁਸੀਂ ਦੇਖ ਚੁੱਕੇ ਆ ਬਹੁਤ ਸੋਹਣੀ ਹੋਈ ਹੋਈ ਆ ਤੇ ਲਓ ਜੀ ਤੁਸੀਂ ਫਿਟਿੰਗ ਚੈੱਕ ਇਹਦੀ ਕਰ ਲਈ ਹੋਣੀ ਆ ਪ੍ਰੋਪਰ ਫਿਟਿੰਗ ਤੁਸੀਂ ਦੇਖ ਸਕਦੇ ਇੱਕ ਵਾਰੀ ਆਪਾਂ ਤੁਹਾਨੂੰ ਦੁਬਾਰਾ ਫੇਰ ਦਿਖਾ ਦਿੰਦੇ ਆ ਤੇ ਸਟਾਰਟ ਕਰਕੇ ਵੀ ਦਿਖਾਵਾਂਗੇ ਅਤੇ ਨਾਲ ਦੀ ਨਾਲ ਸਿਸਟਮ ਵੀ ਚਲਾ ਕੇ ਦਿਖਾਵਾਂਗੇ ਅਤੇ ਭਰਾ ਨੂੰ ਵੀ ਪੁੱਛਾਂਗੇ ਵੀ ਤੈਨੂੰ ਫਰਕ ਲੱਗਾ ਜਾਂ ਨਹੀਂ ਲੱਗਾ ਇਹਦੇ ਲਵਾਈ ਦਾ ਕੋਈ ਫਾਇਦਾ ਹੋਇਆ ਕਿ ਨਹੀਂ ਅਤੇ ਮੈਨੂੰ ਭਾਅ ਜੀ ਇੱਕ ਹੋਰ ਚੀਜ਼ ਦੱਸਿਓ ਵੀ ਜਿਵੇਂ ਆਪਾਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਪਤਾ ਕਿਵੇਂ ਲੱਗਦਾ ਵੀ ਅਲਟੀਨੇਟਰ ਸੈੱਟ ਬੈਠਾ ਟਰੈਕਟਰ ਨੂੰ ਕਿ ਨਹੀਂ ਸੈੱਟ ਬੈਠਾ ਜਿੱਦਾਂ ਆਪਾਂ ਤਾਂ ਭਾਅ ਜੀ ਅੰਪੇਅਰ ਕੱਢ ਕੇ ਦੇਖ ਲਏ ਹੁੰਦੇ ਮਸ਼ੀਨ 'ਤੇ ਚੜਾ ਕੇ ਹਾਂਜੀ ਮੰਨ ਲਓ ਜੇ ਹੁਣ ਜਿਹਦਾ ਟਰੈਕਟਰ ਆ ਉਹਨੂੰ ਵੀ ਪਤਾ ਲੱਗ ਜਾਂਦਾ ਟਰੈਕਟਰ ਸਟਾਰਟ ਹੋਣਾ ਪਹਿਲਾਂ ਨੋਰਮਲ ਚੱਕਰ 'ਚ ਹੋਣਾ 2-4 ਸਕਿੰਟ ਬਾਅਦ ਹੀ ਟਰੈਕਟਰ ਨੇ ਚੱਕਰ ਤੋੜ ਦੇਣੇ ਆ ਟਰੈਕਟਰ ਲੋਡ 'ਚ ਆ ਜਾਣਾ ਠੀਕ ਹੈ ਜਿਹੜੇ ਵੱਡੀ ਅਲਟੀਨੇਟਰ ਹੁੰਦੇ ਆ ਜਿੰਨਾ ਲੋਡ ਜ਼ਿਆਦਾ ਆ ਉਦਾਂ ਹੀ ਉਹਨੇ ਚੱਲਣਾ ਹੈ ਲੋਡ ਦੇ ਵਿੱਚ ਜਦੋਂ ਬੈਟਰੀਆਂ ਫੋਲਿਆ ਫਿਰ ਉਹਨੇ ਨੋਰਮਲ ਜਿੱਦਾਂ ਜੋ ਨੋਰਮਲ ਸਪੀਡ ਆ ਜਦੋਂ ਕੱਟ ਕਰ ਗਿਆ ਉਦੋਂ ਉਹਨੇ ਨੋਰਮਲ ਚੱਲਣਾ ਇੱਕ ਭਾਈ ਤਾਂ ਪੁਲੀਆਂ ਦਾ ਬਹੁਤ ਪੰਗਾ ਪੈਂਦਾ ਹਨਾ ਵੀ ਜਿੱਦਾਂ ਵੀ ਬੈਲਟ ਬਹੁਤ ਟੁੱਟਦੀ ਆ ਬਿਲਕੁਲ ਭਾਜੀ ਇਹਦੇ ਵਿੱਚ ਜਿੱਦਾਂ ਏ ਪੁਲੀ ਬੀ ਪੁਲੀ ਅੱਛਾ ਜੀ ਤੇ ਜਿੱਦਾਂ ਡੈਂਸੋ ਦੀ ਪੁਲੀ ਉਹਦਾ ਫਰਕ ਹੁੰਦਾ ਆ ਠੀਕ ਹੈ ਬੈਲਟ ਦੇ ਅਕੋਰਡਿੰਗ ਦੇਖ ਲੈਣਾ ਵੀ ਬੈਲਟ ਐਨ ਪ੍ਰੋਪਰ ਵਿੱਚ ਇਦਾਂ ਚੱਲੇ ਠੀਕ ਹੈ ਸਲਿਪ ਨਾ ਕਰੇ ਕਿਉਂਕਿ ਵੀ ਇਦਾਂ ਆ ਵੀ ਫਿੱਟ ਹਰੇਕ ਬੰਦਾ ਕਰ ਲੈਂਦਾ ਪਰ ਟੈਕ ਦਾ ਕਿਤੇ ਕਿਤੇ ਹੀ ਆ ਹਾਂਜੀ ਹਾਂਜੀ ਚਲੋ ਸਾਰੇ ਭਰਾ ਵਧੀਆ ਕਰਦੇ ਆ ਆਪਾਂ ਸਾਰੇ ਕੰਮ ਤੇ ਪਰ ਇਦਾਂ ਆ ਵੀ ਬਹੁਤ ਜਿੱਦਾਂ ਕੰਪਲੀਟਾਂ ਗਈ ਆਉਂਦੀਆਂ ਵੀ ਬੈਲਟ ਟੁੱਟ ਜਾਂਦੀ ਆ ਜਾਂ ਕੋਈ ਨਾ ਕੋਈ ਹੋਰ ਪ੍ਰੋਬਲਮ ਆ ਜਾਂਦੀ ਆ ਹਨਾ ਇਦਾਂ ਆ ਵੀ ਅਲਾਈਨਮੈਂਟ ਐਨ ਪ੍ਰੋਪਰ ਹੋਣੀ ਚਾਹੀਦੀ ਆ ਬਿਲਕੁਲ ਬਿਲਕੁਲ ਬਾਈ ਅਲਾਈਨਮੈਂਟ ਦੇ ਸਿਰ ਤੇ ਆ ਕਿਉਂਕਿ ਟਰੈਕਟਰ ਜਦੋਂ ਰੇਸ ਓਵਰ ਰੇਸ ਓਵਰ ਚੱਲਦਾ ਆ ਫਿਰ ਟਰੈਕਟਰ ਨੇ ਜਾਂ ਚੀਕਣਾ ਆ ਬੈਲਟ ਨੇ ਜਾਂ ਬੈਲਟ ਤੋੜ ਦੇਣੀ ਆ ਤੋੜ ਦੇਣੀ ਹਾਂਜੀ ਹਾਂਜੀ ਦੋਵਾਂ 'ਚ ਇੱਕ ਕੰਮ ਹੀ ਆ ਬਾਕੀ ਇਦਾਂ ਆ ਵੀ ਕਈ ਵਾਰੀ ਨਹੀਂ ਤੇਜ਼ ਜਾਂਦਿਆਂ ਤਾਂ ਪਤਾ ਲੱਗਦਾ ਤੇ ਉਹਦਾ ਨੁਕਸਾਨ ਫਿਰ ਗਾਂ ਪਤਾ ਲੱਗਦਾ ਜੋ ਟਰੈਕਟਰ ਹੀ ਗਰਮ ਵਗੈਰਾ ਹੀਟ ਹੋ ਜਾਂਦਾ ਗਰਮ ਹੋ ਜਾਂਦਾ ਟਰੈਕਟਰ ਤੇ ਉਹਦੇ ਵਿੱਚ ਇਹ ਪ੍ਰੋਬਲਮ ਆ ਜਾਂਦੀ ਆ ਤੇ ਐਨ ਪ੍ਰੋਪਰ ਫਿਟਿੰਗ ਤੁਸੀਂ ਦੇ ਸਕਦੇ ਕੋਈ ਬੈਲਟ ਵਗੈਰਾ ਦੀ ਪ੍ਰੋਬਲਮ ਨਹੀਂ ਇੱਥੇ ਆਉਂਦੀ ਤੇ ਇਦਾਂ ਆ ਭਾਜੀ ਆਪਣਾ ਪ੍ਰੋਫੈਸ਼ਨਲ ਹੈ ਹੀ ਇਹ ਕੰਮ ਆ ਹਾਂਜੀ ਹਾਂਜੀ ਪ੍ਰੋਫੈਸ਼ਨਲ ਹੀ ਹੈ ਕਿਉਂਕਿ ਇਦਾਂ ਹੋ ਜਾਂਦਾ ਵੀ ਕਈ ਮੇਰੇ ਭਰਾ ਆ ਜਿਹੜੇ ਨਾਲ ਦੀ ਨਾਲ ਹੋਰ ਕੰਮ ਕਰਦੇ ਆ ਤੇ ਇਹਨਾਂ ਦੀ ਫਿਟਿੰਗ ਵੀ ਕਰੀ ਜਾਂਦੇ ਆ ਕੰਮ ਤਾਂ ਭਾਜੀ ਮੈਂ ਆਟੋ ਇਹਦਾ ਵੀ ਸਿੱਖਿਆ ਸਿਸਟਮਾਂ ਦਾ ਵੀ ਠੀਕ ਹੈ ਮੈਂ ਤੇ ਰਾਮਗੜੀਆ ਪ੍ਰਿੰਟ ਵਾਲਾ ਇਕੱਠੇ ਕੰਮ ਸਿੱਖਦੇ ਹੁੰਦੇ ਸੀਗੇ ਠੀਕ ਹੈ ਤੇ 2012 ਦੇ ਵਿੱਚ ਅਸੀਂ ਇਕੱਠੇ ਕੰਮ ਸਿੱਖਦੇ ਸੀਗੇ ਬਾਅਦ ਦੇ ਵਿੱਚ ਚਲੋ ਉਹਨੇ ਕੰਮ ਮੈਂ ਉਹਨੂੰ ਜ਼ੋਰ ਦੇ ਕੇ ਸ਼ੁਰੂ ਕਰਾਤਾ ਹਾਂਜੀ ਮੈਂ ਫਿਰ ਆਪਣੇ ਪ੍ਰੋਫੈਸ਼ਨ ਦੇ ਵਿੱਚ ਹੀ ਆ ਗਿਆ ਹਾਂਜੀ ਕਿਉਂਕਿ ਇਦਾਂ ਆਪਣੇ ਪਹਿਲੇ ਫਾਦਰ ਸਾਹਿਬ ਦੀ ਸ਼ਾਪ ਇਹ ਚੱਲਦੀ ਪਈ ਹਾਂਜੀ 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 ਆਪਾਂ ਉਹਦੇ ਵਿੱਚ ਹੀ ਉਹਨਾਂ ਸਿਰਫ ਉਹਦਾ ਸ਼ੌਕੀਆ ਤੌਰ ਤੇ ਦੇਖਣ ਗਏ ਸੀਗੇ ਵੀ ਸਿਸਟਮ ਬੂਫਰ ਚੱਲਦੇ ਕੀ ਚੀਜ਼ ਹੈ ਪਤਾ ਨਹੀਂ ਸੀ ਨੌਲੇਜ ਨਹੀਂ ਸੀ ਉਹ ਚੀਜ਼ ਦੇ ਬਾਰੇ ਹਾਂਜੀ ਹਾਂਜੀ ਠੀਕ ਹੈ ਤੇ ਇਦਾਂ ਆ ਵੀ ਜਿਹੜੀ ਪ੍ਰੋਪਰ ਜਿਹੜਾ ਬੰਦਾ ਜਿਹੜੀ ਚੀਜ਼ ਦਾ ਕੰਮ ਕਰਦਾ ਆ ਉਹਦੇ ਕੋਲੋਂ ਜਿਹੜੀ ਫਿਟਿੰਗ ਵਗੈਰਾ ਆ ਉਹ ਅਲੱਗ ਹੀ ਮਜ਼ਾ ਉਹਦਾ ਹੁੰਦਾ ਬਿਲਕੁਲ ਬਿਲਕੁਲ ਫਿਟਿੰਗ ਦੇ ਸਿਰ ਤੇ ਸਾਰਾ ਭਾਈ ਜਿਦਾ ਆ ਵੀ ਸਾਰੇ ਚਲੋ ਵਧੀਆ ਖਰਾਦੀ ਆ ਕੋਈ ਵੀ ਹੋਵੇ ਹਾਂਜੀ ਜਿਹੜਾ ਖਰਾਦੀ ਆ ਵਧੀਆ ਆ ਉਹ ਫਿਟਿੰਗ ਵਧੀਆ ਬਣਾ ਕੇ ਹੀ ਦਊਗਾ ਤੁਹਾਨੂੰ ਠੀਕ ਹੈ ਕੋਲ ਬੰਦਾ ਵਧੀਆ ਜਿਦਾ ਹੁਣ ਮੈਂ ਤੇ ਮੇਰੇ ਸਾਹਮਣੇ ਮਰਵਾਹਾ ਵਾਲੇ ਆ ਠੀਕ ਅਸੀਂ ਦੋਵਾਂ ਨੇ ਸਲਾਹ ਨਾਲ ਇਹ ਚੀਜ਼ ਬਣਾਉਣੀ ਆ ਠੀਕ ਹੈ ਕਿਹਦਾ ਫਿਟਿੰਗ ਜੇ ਮੈਨੂੰ ਨਹੀਂ ਪਸੰਦ ਤੇ ਆਪਾਂ ਇਹ ਚੀਜ਼ ਫਿੱਟ ਨਹੀਂ ਕਰਨੀ ਫਿੱਟ ਨਹੀਂ ਕਰਨੀ ਚੀਜ਼ ਦੂਰੋਂ ਆਈ ਉਹ ਆ ਹਾਂਜੀ 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 ਤੇ ਬਾਕੀ ਇਦਾਂ ਬਾਅਦ ਚ ਵੀ ਬਾਹਰ ਜਾਣਾ ਟਰੈਕਟਰ ਹਾਂਜੀ ਹਾਂਜੀ ਟਰੈਕਟਰ ਬਾਹਰ ਜਾਣਾ ਪਹਿਲਾਂ ਹੀ ਭਰਾ ਮਤਲਬ ਤਾਂ ਕਿਸੇਗਾ ਅਲਟੀਨੇਟਰ ਤੋਂ ਨਾ ਤੇ ਜੇ ਹੁਣ ਫਿਰ ਦੋਰੀ ਵਾਰ ਉਹਨੂੰ ਨਾ ਸਹੀ ਲੱਗਦਾ ਫਿਰ ਉਹ ਸਵਾਦ ਨਹੀਂ ਬਾਕੀ ਭਾਜੀ ਤੁਸੀਂ ਪੁੱਛ ਲਓ ਵੀ ਟਰੈਕਟਰ ਤੱਕਾ ਸਟਾਰਟ ਆਇਆ ਸੀਗਾ ਠੀਕ ਹੈ ਹਾਂਜੀ ਤੇ ਬਾਕੀ ਬਾਈ ਦੇ ਨਾਲ ਵੀ ਗੱਲਬਾਤ ਕਰਦੇ ਆ ਸਿਸਟਮ ਵੀ ਆਪਾਂ ਤੁਹਾਨੂੰ ਸੁਣਾਵਾਂਗੇ ਤੇ ਇੱਕ ਹੋਰ ਚੀਜ਼ ਆਪਾਂ ਦੱਸਣਾ ਚਾਹੁੰਦੇ ਆ ਵੀ ਜਿੱਦਾਂ ਜਿੰਨਾ ਵੀ ਸਿਸਟਮ ਲੱਗਾ ਸੀਗਾ ਉਹਦੇ ਵਿੱਚ ਪ੍ਰੋਬਲਮ ਇਦਾਂ ਸੀਗੀ ਵੀ ਕਰੰਟ ਨਹੀਂ ਸੀ ਪੂਰਾ ਮਿਲਦਾ ਤਾਂ ਕਰਕੇ ਜਿਹੜਾ ਪ੍ਰੋਪਰ ਨਹੀਂ ਸੀ ਸਭ ਕੰਮ ਕਰਦੇ ਬੈਟਰੀਆਂ ਡਾਊਨ ਹੋ ਜਾਂਦੀਆਂ ਜੀ ਠੀਕ ਹੈ ਤੇ ਹੁਣ ਵੀ ਜਿੱਦਾਂ ਬੈਟਰੀਆਂ ਡਾਊਨ ਸੀ ਪਹਿਲਾਂ ਚਾਰਜ ਲੱਗੀਆਂ ਹੋਈਆਂ ਸੀ ਨਾ ਹੁਣ ਵੀ ਜਦੋਂ ਮੈਂ ਆਇਆ ਸ਼ਾਪ ਤੇ ਉਦੋਂ ਵੀ ਬੈਟਰੀਆਂ ਚਾਰਜ ਤੇ ਲੱਗੀਆਂ ਹੋਈਆਂ ਸੀਗੀਆਂ ਇਹ ਸਿਸਟਮ ਆਪਣੇ ਲਾਇਆ ਆਟੋ ਲੈਂਡ ਵਾਲੇ ਨੇ ਭਾਜੀ ਠੀਕ ਹੈ ਤੇ ਵਧੀਆ ਕੰਮ ਕਰਦਾ ਮੁੰਡਾ ਤੇ ਚਲੋ ਜਿੱਦਾਂ ਵੀ ਫਿਟਿੰਗ ਇੱਥੋਂ ਫਿਰ ਅਲਟੀਨੇਟਰ ਦੀ ਭਾਜੀ ਹੁਣੀ ਮੈਨੂੰ ਜਾਣਦੇ ਸੀਗੇ ਠੀਕ ਹੈ ਤਾਂ ਕਰ ਮੈਂ ਖਾਸ ਹੀ ਪਹਿਲਾਂ ਵੀ ਗੱਡੀ ਨੂੰ ਲੈਟਾਂ ਲਵਾਈਆਂ ਭਾਈ ਭਾਈ ਹੁਣਾਂ ਕੋਲ ਠੀਕ ਹੈ ਤੇ ਆਪਾਂ ਨੂੰ ਕੰਮ ਵਧੀਆ ਲੱਗਾ ਭਾਈ ਠੀਕ ਹੈ ਬਾਕੀ ਇਦਾਂ ਵੀ ਗੱਡੀਆਂ ਗੁੱਡੀਆਂ ਤੇ ਕੋਈ ਵੀ ਕੰਮ ਹੋਵੇ ਟਾਇਰਾਂ 'ਚ ਲੈਟਾਂ ਲਵਾਉਣੀਆਂ ਹੁਣ ਥੱਲੇ ਜੋ ਜਦੋਂ ਮੇਨ ਸੀਜ਼ਨ ਆ ਜਾਂਦਾ ਫਿਰ ਭਾਜੀ ਇਹ ਕੰਮ ਛੱਡ ਦਿੰਦੇ ਆ ਬੰਦ ਕਰ ਦਿੰਦੇ ਜੋ ਕੰਪਾਈਨਾਂ ਦਾ ਸੀਜ਼ਨ ਕਿਉਂਕਿ ਇਦਾਂ ਟਾਈਮ ਜ਼ਿਆਦਾ ਲੈਂਦੀਆਂ ਆ ਉਹ ਹਾਂਜੀ ਹਾਂਜੀ ਇਹ ਤਾਂ ਜਦੋਂ ਬਿੱਲੇ ਹੋਈਏ ਆ ਟਰੈਕਟਰ ਹੁਣ ਦੋ ਤਿੰਨ ਜਿਹੜੇ ਫੜੇ ਹੋਆ ਸੀਜ਼ਨ ਤੋਂ ਪਹਿਲਾਂ ਪਹਿਲਾਂ ਕੱਢ ਦੇਣੇ ਆ ਬਸ ਸੀਜ਼ਨ ਦੇ ਵਿੱਚ ਜੋ ਸਾਡਾ ਮੇਨ ਕੰਮ ਚੱਲਦਾ ਆ ਉਹ ਕੰਮ ਕਰਨਾ ਇਹ ਉਦਾਂ ਸ਼ੌਂਕੀਆ ਤੌਰ ਤੇ ਨਾਲ ਚੱਲਦਾ ਕੰਮ ਠੀਕ ਹੈ ਬਾਈ ਠੀਕ ਹੈ ਤੇ ਇਹਦੀ ਜਿਹੜੀ ਫਿਟਿੰਗ ਦਾ ਜੋ ਵੀ ਕਾਸਟ ਆਪਾਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਇੱਕ ਵਾਰੀ ਮੈਨੂੰ ਭਾਈ ਦੁਬਾਰਾ ਕਲੀਅਰ ਕਰ ਦਿਓ ਜੇ 180 ਐਂਪੀਅਰ BMW ਦਾ ਹੀ ਆਪਾਂ ਲਗਵਾਉਣਾ ਇਹ ਭਾਜੀ ਦਾ ਤਕਰੀਬਨ ਇਹਨਾਂ ਨੂੰ 22000 ਦਾ ਪੈ ਗਿਆ ਇਹ ਤੋਂ ਉੱਪਰ ਹੀ ਹੁਣ ਜਿਹੜੇ ਆਉਣਗੇ ਉੱਪਰ
ਆਪਾਂ ਨੂੰ ਖਰਾਬ ਨਹੀਂ ਕਰੂਗਾ ਕਦੇ ਖਰਾਬ ਨਹੀਂ ਕਰਦਾ ਤੇ ਬਾਕੀ ਇਦਾਂ ਦਾ ਵੀ ਚੈੱਕ ਵਗੈਰਾ ਸਾਰਾ ਆਪਾਂ ਪਹਿਲਾਂ ਵੀ ਤੁਹਾਨੂੰ ਦਿਖਾ ਚੁੱਕੇ ਵੀਡੀਓ ਦੇ ਵਿੱਚ ਚੈੱਕ ਸਾਰਾ ਕੀਤਾ ਡੈਡੀ ਹੁਣੀ ਪਹਿਲਾਂ ਚੈੱਕ ਕਰਕੇ ਸਾਰਾ ਜੇ ਉਹਨਾਂ ਦੀ ਤਸੱਲੀ ਆਪਾਂ ਤਾਂ ਲਾਉਣਾ ਜੇ ਉਹਨਾਂ ਨੂੰ ਕਹਿਤਾ ਵੀ ਰਿਜੈਕਟ ਆ ਪੀਸ ਵਾਪਸ ਹੋ ਜਾਣਾ ਹਾਂ ਠੀਕ ਹੈ ਭਾਈ ਠੀਕ ਆ ਤੇ ਬਾਕੀ ਇਦਾਂ ਆ ਵੀ ਇਹ ਔਨ ਡਿਮਾਂਡ ਹੀ ਸੀਗੇ ਔਨ ਡਿਮਾਂਡ ਜਿੰਨੇ ਵੀ ਮਤਲਬ ਆਏ ਤੇ ਨਾਲ ਦੀ ਨਾਲ ਹੀ ਬੁੱਕ ਹੋ ਗਏ 10 ਪੀਸ ਆਏ ਸੀਗੇ ਭਾਜੀ 10 ਦੇ 10 ਬੁੱਕ ਤੇ ਬਾਕੀ ਜੇ ਤੁਸੀਂ ਚਾਹੁੰਦੇ ਆ ਕਿ ਇਹੀ ਚੀਜ਼ ਤੁਹਾਡੇ ਟਰੈਕਟਰ ਤੇ ਲੱਗੀ ਹੋਵੇ ਤੇ ਭਾਈ ਨਾਲ ਕੰਟੈਕਟ ਕਰ ਸਕਦੇ ਆ ਜਾਂ ਥੋੜੀ ਬਹੁਤੀ ਪੇਮੈਂਟ ਪਹਿਲਾਂ ਆਨਲਾਈਨ ਕਰ ਦਿਓ ਤੇ ਜਿਹੜਾ ਅਲਟੀਨੇਟਰ ਤੁਹਾਨੂੰ ਮਿਲ ਜੂਗਾ ਤੁਸੀਂ ਟਰੈਕਟਰ ਇੱਥੇ ਲਿਆ ਕੇ ਫਿੱਟ ਕਰਵਾ ਸਕਦੇ ਆ ਤੇ ਬਾਕੀ ਨੰਬਰ ਜਿਹੜਾ ਆ ਭਾਈ ਦਾ ਆਪਾਂ ਸਕਰੀਨ ਤੇ ਐਡ ਕਰ ਦਾਂਗੇ ਇੰਸਟਾਗ੍ਰam ਦੀ ਆਈਡੀ ਵੀ ਕਿਉਂਕਿ ਕਈ ਵੇਲੇ ਆਪਾਂ ਆਨਲਾਈਨ ਪੇਜ ਵੀ ਦੇਈਦੇ ਆ ਠੀਕ ਹੈ ਤੇ ਆਪਾਂ ਜ਼ਿਆਦਾਤਰ ਉਹੀ ਭੇਜੀਦੇ ਜਿਹੜਾ ਬੰਦੇ ਨੂੰ ਥੋੜੀ ਬਹੁਤੀ ਨੌਲੇਜ ਆ ਠੀਕ ਹੈ ਭਾਈ ਜਿਹੜਾ ਬੰਦੇ ਨੌਲੇਜ ਨਹੀਂ ਹੈਗੀ ਫਿਰ ਉਹਨੂੰ ਭੇਜੀਦੇ ਨਹੀਂ ਪਤਾ ਕਿਤੇ ਭਾਈ ਇਲੈਕਟ੍ਰੋਨਿਕ ਚੀਜ਼ ਆ ਤਾਰ ਤੂਰ ਸਪਾਰਕ ਕਰਦੇ ਆ ਬਿਲਡਿੰਗ ਕਰਦੇ ਆ ਜੇ ਕੁਝ ਵੀ ਹੋ ਗਿਆ ਇਲੈਕਟ੍ਰੋਨਿਕ ਚੀਜ਼ ਸੜ ਜਾਣੀ ਐ ਵੀ ਫਿਰ ਲਾਮੇ ਵਾਲਾ ਕੰਮ ਹੋ ਜਾਂਦਾ ਠੀਕ ਹੈ ਭਾਈ ਠੀਕ ਆ ਤੇ ਬਾਕੀ ਇਦਾਂ ਵੀ ਆਪ ਫਿਟਿੰਗ ਕਰਕੇ ਦੇਣੀ ਚੀਜ਼ ਉਹ ਅਲੱਗ ਉਹਦਾ ਹਾਂਜੀ ਉਹਦਾ ਫਿਰ ਅਸੀਂ ਐਨ ਤਰੀਕੇ ਨਾਲ ਚੰਗੀ ਤਰ੍ਹਾਂ ਕਰਕੇ ਦੇਣੀ ਆ ਵੀ ਲਾਮਾ ਨਾ ਆਵੇ ਸਾਨੂੰ ਠੀਕ ਹੈ ਭਾਈ ਤੇ ਬਾਕੀ ਇਹ ਵੀਡੀਓ ਆਪਾਂ ਇੱਥੇ ਕਰਦੇ ਆ ਖਤਮ ਤੇ ਉਮੀਦ ਕਰਦੇ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਆਪਾਂ ਤੁਹਾਡੇ ਲਈ ਇਦਾਂ ਇਨਫੋਰਮੇਸ਼ਨ ਵਾਲੀਆਂ ਵੀਡੀਓ ਨਵੀਆਂ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਨਹੀਂ ਕੀਤਾ ਤੇ ਬਾਕੀ ਬਹੁਤ ਸੋਹਣਾ ਟਰੈਕਟਰ ਤਿਆਰ ਹੋਇਆ ਹੋਇਆ ਤੇ ਨਾਲ ਦੀ ਨਾਲ ਆਪਾਂ ਸਿਸਟਮ ਜਿਹੜਾ ਤੁਹਾਨੂੰ ਇੱਕ ਵਾਰੀ ਸੁਣਾ ਦਿੰਨੇ ਆ ਕਿ ਪੂਰਾ ਓਕੇ ਚੱਲਦਾ ਆ ਕਿ ਨਹੀਂ ਚੱਲਦਾ ਤੇ ਭਾਈ ਨੂੰ ਪੁੱਛ ਲੈਨੇ ਭਾਈ ਸਿਸਟਮ ਓਕੇ ਚੱਲਦਾ ਹੁਣ ਪੂਰਾ ਜੀ ਓਕੇ ਰਿਪੋਰਟ ਆ ਸਾਰੀ ਕੱਲ ਚੈੱਕ ਵੀ ਕੀਤਾ ਤੇ ਖਾਸ ਜਿਹੜੀ ਮਿਹਨਤ ਆ ਇਹ ਮੁੰਡਿਆਂ ਦੀ ਇੱਕ ਮੁੰਡਾ ਮਨਿੰਦਰ ਆ ਤੇ ਜਿਹੜਾ ਭਾਜੀ ਬਾਹਰ ਆ ਉਹਦਾ ਭਤੀਜਾ ਤੇ ਇੱਕ ਮੁੰਡਾ ਮਾਰਸ਼ਲ ਆ ਉਹਨਾਂ ਦੀ ਜ਼ਿਆਦਾ ਸਪੋਰਟ ਆ ਇਹ ਠੀਕ ਹੈ ਭਾਈ ਪਿੱਛੇ ਆਂਦੀ ਤੇ ਬਾਕੀ ਮਿਹਨਤ ਲਾਈ ਆਪਣੀ ਦਿਨ ਰਾਤ ਭਾਜੀ ਇਹਦੇ ਠੀਕ ਹੈ ਭਾਈ ਠੀਕ ਆ ਤੇ ਬਹੁਤ ਸੋਹਣਾ ਭਰਾਉਣਾ ਟਰੇਟਰ ਤਿਆਰ ਕਰਵਾਇਆ ਤੇ ਆਪਾਂ ਸਿਸਟਮ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਸਬਵੂਫਰ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਓਕੇ ਵੱਜਦਾ ਕਿ ਨਹੀਂ ਵੱਜਦਾ ਤੇ ਉਮੀਦ ਕਰਦੇ ਵੀਡੀਓ ਘੈਂਟ ਲੱਗੀ ਮੰਨੂ ਭਾਈ ਦੀ ਆਈਡੀ ਤੇ ਆਪਾਂ ਪੇਜ ਜਿਹੜਾ ਸਕਰੀਨ ਤੇ ਐਡ ਕਰ ਦਾਂਗੇ ਤੇ ਨਾਲ ਦੀ ਨਾਲ ਕੰਟੈਕਟ ਨੰਬਰ ਵੀ ਸਕਰੀਨ ਤੇ ਐਡ ਕਰ ਦਾਂਗੇ ਤੇ ਉਮੀਦ ਕਰਦੇ ਕਿ ਵੀਡੀਓ ਘੈਂਟ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਜੀ